ਪੰਜਾਬ ਮੰਤਰੀ ਮੰਡਲ ਦੀ ਅੱਜ ਇੱਕ ਅਹਿਮ ਬੈਠਕ ਚੰਡੀਗੜ੍ਹ ਵਿੱਚ ਹੋਈ ਤੇ ਉਸ ਬੈਠਕ ਦੇ ਵਿੱਚ ਮੁਫਤ ਬਿਜਲੀ ਦੇ ਫੈਸਲੇ ਤੇ ਮੋਰ ਲਾ ਦਿੱਤੀ ਗਈ। ਇਹ ਫੈਸਲਾ ਪਹਿਲਾਂ ਤੋਂ ਹੀ ਕਰ ਦਿੱਤਾ ਗਿਆ ਕਿ 1 ਜੁਲਾਈ ਤੋਂ 300 ਯੂਨਿਟ ਬਿਜਲੀ ਜਿਹੜੀ ਉਹ ਮੁਫਤ ਦਿੱਤੀ ਜਾਣੀ ਹੈ। ਔਰ ਅੱਜ ਕੈਬਨਿਟ ਹੋਈ ਤਾਂ ਉਸ ਵਿੱਚ ਮੋਰ ਲਾ ਦਿੱਤੀ ਗਈ ਔਰ ਕਿਹਾ ਗਿਆ ਕਿ ਹਰ ਬਿੱਲ ਤੇ 600 ਯੂਨਿਟ ਯਾਨੀ 2 ਮਹੀਨੇ ਬਾਅਦ ਬਿੱਲ ਆਉਂਦਾ ਹੈ ਤਾਂ 600 ਯੂਨਿਟ ਬਿਜਲੀ ਜਿਹੜੀ ਹੈ ਉਹ ਮੁਫਤ ਮਿਲੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਵੀ ਸਾਂਝੀ ਕੀਤੀ। ਉਹਨਾਂ ਨੇ ਟਵੀਟ ਕਰਕੇ ਕਿਹਾ ਗਿਆ ਸੀ ਪੰਜਾਬ ਵਾਸੀਆਂ ਨਾਲ ਕੀਤਾ ਹਰ ਵਾਦਾ ਪੂਰਾ ਕਰਾਂ ਅੱਜ ਕੈਬਨਿਟ ਮੀਟਿੰਗ ਨੇ ਤੁਹਾਨੂੰ ਤਸਵੀਰਾਂ ਵਿਖਾ ਰਿਆ ਔਰ ਉਸ ਵਿੱਚ ਕੀ ਫੈਸਲਾ ਹੋਇਆ ਉਹ ਵੀ ਤੁਹਾਨੂੰ ਦੱਸ ਰਿਹਾ ਕਿ 300 ਯੂਨਿਟ ਬਿਜਲੀ ਫ੍ਰੀ ਜੋ 1 ਜੁਲਾਈ ਤੋਂ ਮਿਲਣੀ ਸ਼ੁਰੂ ਹੋ ਗਈ ਹੈ ਉਸ ਫੈਸਲੇ ਤੇ ਕੈਬਨਿਟ ਨੇ ਮੋਹਰ ਲਾਈ 600 ਯੂਨਿਟ ਬਿਜਲੀ ਫ੍ਰੀ ਦੋ ਮਹੀਨਿਆਂ ਦੇ ਯਾਨੀ ਇੱਕ ਜਿਹੜਾ ਬਿਲਿੰਗ ਸਾਈਕਲ ਹੈ ਉਸ ਵਿੱਚ ਦਿੱਤੀ ਜਾਏਗੀ ਟਵੀਟ ਕੀ ਕੀਤਾ ਆਓ ਤੁਹਾਨੂੰ ਟਵੀਟ ਵੀ ਦੱਸ ਦਿੰਦੇ ਹਾਂ ਟਵੀਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ ਅੱਜ ਕੈਬਨਿਟ ਦੇ ਸਾਥੀਆਂ ਨਾਲ ਅਹਿਮ ਮੀਟਿੰਗ ਹੋਈ ਪੰਜਾਬ ਦੇ ਲੋਕਾਂ ਨੂੰ ਸਾਡੇ ਵੱਲੋਂ ਦਿੱਤੀ ਗਈ ਸਭ ਤੋਂ ਵੱਡੀ ਗਾਰੰਟੀ ਮੁਫਤ ਬਿਜਲੀ ਦੇ ਫੈਸਲੇ ਤੇ ਮੋਹਰ ਲਾਈ ਹਰ ਬਿੱਲ ਤੇ 600 ਯੂਨਿਟ ਮੁਫਤ ਬਿਜਲੀ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਅਸੀਂ ਪੰਜਾਬ ਪੰਜਾਬੀਆਂ ਨਾਲ ਕੀਤਾ ਹਰ ਵਾਦਾ ਪੂਰਾ ਕਰਾਂਗੇ ਇਧਰ ਪੰਜਾਬ ਮੰਤਰੀ ਮੰਡਲ ਦੇ ਵਿਸਤਾਰ ਤੋਂ ਬਾਅਦ ਅੱਜ ਨਵੇਂ ਮੰਤਰੀਆਂ ਨੇ ਆਪਣੇ ਅਹੁਦੇ ਸੰਭਾਲ ਲਏ ਇਸੇ ਦੇ ਚਲਦੇ ਅਨਮੋਲ ਗਗਨਮਾਨ ਨੇ ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ ਦੇ ਮੰਤਰੀ ਵਜੋਂ ਅੱਜ ਆਪਣਾ ਅਹੁਦਾ ਸੰਭਾਲਿਆ ਜਦੋਂ ਕਿ ਚੇਤਨ ਸਿੰਘ ਜੋੜਾ ਮਾਜਰਾ ਨੇ ਸੇਤ ਮੰਤਰੀ ਵਜੋਂ ਆਪਣਾ ਕਾਰਜਪਾਰ ਸੰਭਾਲ ਲਿਆ ਤੁਸੀਂ ਤਸਵੀਰਾਂ ਵੇਖ ਰਹੇ ਹੋ ਅਨਮੋਲ ਗਗਨਮਾਨ ਦੀਆਂ ਤੇ ਚੇਤਨ ਸਿੰਘ ਜੋੜਾ ਮਾਜਰਾ ਨਵੇਂ ਸੇਤ ਮੰਤਰੀ ਤੇ ਸੈਰ ਸਪਾਟਾ ਮੰਤਰੀ ਅਨਮੋਲ ਗਗਨਮਾਨ ਇਹਨਾਂ ਨੂੰ ਹੁਣੇ-ਹੁਣੇ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਕਾਲ ਪੋਰਟਫੋਲੀਓ ਡਿਸਟ੍ਰੀਬਿਊਟ ਕੀਤੇ ਗਏ ਸਨ ਤੇ ਅੱਜ ਇਹਨਾਂ ਨੇ ਆਪਣੇ ਚਾਰਜ ਸੰਭਾਲੇ ਚਾਰਜ ਸੰਭਾਲ ਲਿਆ तमाम ਮੰਤਰੀ ਸਹਿਬਾਨ ਨੇ ਤਾਂ ਅੱਜ ਸਭ ਤੋਂ ਪਹਿਲਾਂ ਅਨਮੋਲ ਗਗਨ ਮਾਨ ਉਹਨਾਂ ਨੇ ਆਪਣਾ ਚਾਰਜ ਸੰਭਾਲ ਲਿਆ ਤੇ ਚੇਤਨ ਸਿੰਘ ਜੋੜੇ ਮਾਜਰਾ ਜਿਹੜੇ ਕਿ ਸਿਹਤ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਵੀ ਆਪਣਾ ਦਫਤਰ ਦੇ ਵਿੱਚ ਆਪਣਾ ਚਾਰਜ ਸੰਭਾਲ ਲਿਆ ਸਾਡੇ ਨਾਲ ਚੇਤਨ ਸਿੰਘ ਜੋੜਾ ਮਾਜਰਾ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਨਾਲ ਨਾਲ ਕੈਬਨਟ ਮਨਿਸਟਰ ਬਲਜੀਤ ਕੌਰ ਜੀ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਚੇਤਨ ਸਿੰਘ ਸਭ ਤੋਂ ਪਹਿਲਾਂ ਵਧਾਈ ਤੁਹਾਨੂੰ ਵਿਭਾਗ ਸੰਭਾਲ ਲਿਆ ਬੜੀ ਵੱਡੀ ਜ਼ਿੰਮੇਵਾਰੀ ਹੈ ਆਵਾ ਦੀ ਪਾਰਟੀ ਦੇ ਦੋ ਵੱਡੇ ਵਾਅਦੇ ਨੇ ਉਹ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਨੇ ਤਾਂ ਇੱਕ ਖੇਤਰ ਤੁਸੀਂ ਸੰਭਾਲਣਾ ਕਿਵੇਂ ਮਹਿਸੂਸ ਕਰਦੇ ਆ ਕਿ ਜ਼ਿੰਮੇਵਾਰੀ ਕਿੱਡੀ ਵੱਡੀ ਹੈ ਤੇ ਕਿੱਦਾਂ ਪੂਰੀ ਕਰੋਗੇ ਦੇਖੋ ਮਹਿਸੂਸ ਤਾਂ ਇਹ ਹੈ ਜੀ ਵੀ ਜਿੱਦਾਂ ਦੇ ਪਹਿਲਾਂ ਸੀ ਉਦਾਂ ਦੇ ਹੀ ਅੱਜਾਂ ਉਦਾਂ ਦੇ ਹੀ ਰਹਿਣਾ ਹਾਂ ਜ਼ਿੰਮੇਵਾਰੀ ਜ਼ਰੂਰ ਬਹੁਤ ਵੱਡੀ ਹੈ ਔਰ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਔਰ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾ ਜੀ ਦਾ ਸਾਡੇ ਰਾਸ਼ਵਾ ਮੈਂਬਰ ਰਗਵ ਚੱਡਾ ਜੀ ਔਰ ਡਾਕਟਰ ਸਿੰਘ ਪਾਟਕੇ ਜੀ ਦਾ ਜਿਨ੍ਹਾਂ ਨੇ ਮੇਰੇ ਤੇ ਬਹੁਤ ਵੱਡਾ ਵਿਸ਼ਵਾਸ ਹੈ ਜਿਹੜਾ ਉਹ ਪ੍ਰਗਟਾਇਆ ਮੈਂ ਉਹਨਾਂ ਦਾ ਵਿਸ਼ਵਾਸ ਹੈ ਜਿਹੜਾ ਉਹ ਟੁੱਟਣ ਨਹੀਂ ਦਊਗਾ ਉਹਨੂੰ ਹਮੇਸ਼ਾ ਬਰਕਰਾਰ ਰੱਖੂੰਗਾ ਔਰ ਜੋ ਸਿਹਤ ਸਹੂਲਤਾਂ ਦੇ ਵਿੱਚ ਕਰਨ ਵਾਲੇ ਕੰਮ ਨੇ ਉਹ ਅਸੀਂ ਪਹਿਲੇ ਆਧਾਰ ਤੇ ਕਰਾਂਗੇ ਕਿਉਂਕਿ ਸਾਡੇ ਕੈਬਨਿਟ ਦੇ ਵਿੱਚ ਵੀ ਕਈ ਡਾਕਟਰ ਸਾਹਿਬ ਨੇ ਮੇਰੀ ਭੈਣ ਬਲਜੀਤ ਕੌਰ ਜੀ ਡਾਕਟਰ ਨੇ ਔਰ ਡਾਕਟਰ ਨੱਜਰ ਸਾਹਿਬ ਨੇ ਇਹਨਾਂ ਤੋਂ ਵੀ ਅਸੀਂ ਸਮੇਂ-ਸਮੇਂ ਤੇ ਜਿਹੜੀ ਗਾਈਡਲਾਈਨ ਲੈਂਦੇ ਰਹਾਂਗੇ ਔਰ ਸਿਹਤ ਸਹੂਲਤਾਂ ਚੰਗੀਆਂ ਕਰਕੇ ਦਵਾਂਗੇ ਪੰਜਾਬ ਨੂੰ ਨਰੂਆ ਪੰਜਾਬ ਬਣਾ ਕੇ ਮਹੱਲਾ ਕਲੀਨਿਕ ਦਾ ਜ਼ਿਕਰ ਲਗਾਤਾਰ ਹੋ ਰਿਹਾ ਹੁਣ ਕਹਿੰਦੇ 75 ਮਹੱਲਾ ਕਲੀਨਿਕ ਬਣਨੇ ਆ ਇਹ ਸ਼ੁਰੂਆਤ ਕਿੱਥੋਂ ਹੋਏਗੀ ਕਿਹੜੇ ਕਿਹੜੇ ਹਲਕਿਆਂ ਦੇ ਵਿੱਚ ਮਹੱਲਾ ਕਲੀਨਿਕ ਬਣਨਗੇ ਤੇ ਟੋਟਲ ਕਿੰਨੇ ਮਹੱਲਾ ਕਲੀਨਿਕ ਬਣਾਉਣੇ ਆ ਇਹਦੇ ਬਾਰੇ ਕੀ ਸਰ ਦੇਖੋ ਮੈਂ ਅੱਜ ਹੀ ਚਾਰ ਸੰਭਾਲਿਆ ਇਹ ਇੰਨਾ ਜ਼ਰੂਰ ਹੈ ਕਿ 75 ਪਹਿਲਾਂ ਚ 15 ਅਗਸਤ ਨੂੰ 75 ਅਸੀਂ ਇਨੌਗੁਰੇਸ਼ਨ ਕਰਨ ਜਾ ਰਹੇ ਆ ਉਸ ਤੋਂ ਬਾਅਦ ਜਿਵੇਂ ਜਿਵੇਂ ਅੱਗੇ ਅਸੀਂ ਵਧਾਂਗੇ ਸਾਰੇ ਪੰਜਾਬ ਤੇ ਲੈ ਕੇ ਜਾਵਾਂਗੇ ਸੋ ਸਾਡੀ ਪ੍ਰਾਇੋਰਟੀ ਹੈ ਕਿ ਅਸੀਂ ਹਰ ਇੱਕ ਨੂੰ ਘਰ ਦੇ ਨੇੜੇ ਇਲਾਜ ਦਈਏ ਉਹਨਾਂ ਨੂੰ ਬਾਹਰ ਜਿਵੇਂ ਹੁਣ ਸਾਰਾ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਦਾ ਲੋਡ ਆ ਜਿਹੜਾ ਉਹ ਪੀਜੀਆ ਤੇ ਪੈ ਰਿਆ ਸੋ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਨੂੰ ਸਮਰੱਥ ਸਟੇਟ ਬਣਾਈਏ ਉੱਥੇ ਹੀ ਇਲਾਜ ਹੈ ਜਿਹੜਾ ਉਹ ਹੋ ਸਕੇ ਸੋ ਸਾਡੀ ਪ੍ਰਾਇੋਰਟੀ ਹੈ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਹ ਕੁਰਸੀ ਬੜੀ ਵਿਵਾਦਾਂ ਚ ਰਹੀ ਆ ਵਿਜੇ ਸਿੰਘਲਾ ਕਰਪਸ਼ਨ ਦੇ ਚਾਰਜਸ ਉਹਨਾਂ ਤੇ ਲੱਗੇ ਤੁਹਾਡੇ ਤੇ ਬੜੀ ਵੱਡੀ ਜ਼ਿੰਮੇਵਾਰੀ ਐ ਇਸ ਸਮੇਂ ਕਿਉਂਕਿ ਇਸ ਕੁਰਸੀ ਤੇ ਜਿਸ ਤਰੀਕੇ ਦੇ ਦਾਗ ਲੱਗੇ ਤਾਂ ਕਿਤੇ ਨਾ ਕਿਤੇ ਲੋਕ ਵੀ ਨਾਰਾਜ਼ ਨਜ਼ਰ ਆਏ ਤਾਂ ਹੁਣ ਜੋ ਚੀਜ਼ਾਂ ਨਿਰਾਸ਼ਾ ਲੋਕਾਂ ਦੇ ਹੱਥ ਲੱਗੀ ਹੁਣ ਉਸ ਨੂੰ ਦੂਰ ਕਰੋਗੇ ਤੁਸੀਂ ਸਿਹਤ ਸਹੂਲਤਾਂ ਠੀਕ ਕਰਕੇ ਪੰਜਾਬ ਪਹਿਲਾਂ ਮੈਂ ਤੁਹਾਡੇ ਤੋਂ ਹੀ ਪੁੱਛਣਾ ਚਾਹਨਾ ਜਦੋਂ ਦੇ ਸੀਐਮ ਸਾਹਿਬ ਨੇ ਭਗਵੰਤ ਮਾਨ ਜੀ ਨੇ ਮੈਨੂੰ ਸਿਹਤ ਮੰਤਰੀ ਬਣਾਇਆ ਪੰਜਾਬ ਚੋਂ ਕਿੱਦਾਂ ਦੀਆਂ ਹਵਾਵਾਂ ਆ ਰਹੀਆਂ ਨੇ ਖੁਸ਼ ਨੇ ਨਾ ਲੋਕ ਕਿ ਆਮ ਘਰਾਂ ਦਾ ਜਿਹੜਾ ਮੁੰਡਾ ਹੈ ਉਹਨੂੰ ਸਿਹਤ ਮੰਤਰੀ ਬਣਾਇਆ ਚਿੰਤਾ ਨਾ ਕਰੋ ਮੈਂ ਉਹਨਾਂ ਦੀਆਂ ਉਮੀਦਾਂ ਦੇ ਖਰਾ ਉਤਰੂੰਗਾ ਕੈਬਨਟ ਮਿਨਿਸਟਰ ਜੋੜਾ ਮਾਜਾ ਜੋ ਕਿ ਕਹਿ ਰਹੇ ਨੇ ਕਿ ਬਤੌਰ ਸਿਹਤ ਮੰਤਰੀ ਉਹ ਚੰਗਾ ਕੰਮ ਕਰਨਗੇ ਜਿਹਨੀਆਂ ਗਰੰਟੀਆਂ ਦਿੱਤੀਆਂ ਵਾਅਦੇ ਕੀਤੇ ਉਹ ਵੀ ਪੂਰੇ ਕਰਨਗੇ तमाम ਚੀਜ਼ਾਂ ਜਿਹੜੀ ਹੈਗੀਆਂ ਉਹ ਲੈ ਕੇ ਲਗਾਤਾਰ ਸਾਹਮਣੇ ਆਉਣਗੇ